ਅੱਜ ਟੀਵੀ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਖਬਰ ਅੰਮ੍ਰਿਤਸਰ ਤੋਂ ਹੈ, ਜਿੱਥੇ ਕਿ ਅੰਮ੍ਰਿਤਸਰ ਦਾ ਬੇਹੱਦ ਪੁਰਾਣਾ ਸਿਨੇਮਾ ਅਨਮ ਸਿਨੇਮਾ ਉਸ ਵੇਲੇ ਅੱਗ ਦੇ ਹਵਾਲੇ ਹੋ ਗਿਆ ਜਦੋਂ ਉੱਥੇ ਲੱਕੜੀ ਦਾ ਕੰਮ ਚੱਲ ਰਿਹਾ ਸੀ। ਅਤੇ ਇਸ ਦੌਰਾਨ ਇੱਕ ਪਾਸੇ ਜਿੱਥੋਂ ਵੈਲਡਿੰਗ ਦਾ ਕੰਮ ਹੋਇਆ ਤਾਂ ਚੰਗਿਆੜੀਆਂ ਕਰਕੇ ਸਿਨੇਮਾ ਦੇ ਵਿੱਚ ਅੱਗ ਲੱਗ ਗਈ, ਜਿਸ ਕਰਕੇ ਪੂਰਾ ਸਿਨੇਮਾ ਸੜ ਕੇ ਤਬਾਹ ਹੋ ਗਿਆ। ਤਾਂ ਅੰਮ੍ਰਿਤਸਰ ਦੇ ਅਨਮ ਸਿਨੇਮਾ ਦੇ ਵਿੱਚ ਅੱਗ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਬੇਹੱਦ ਮੁਸ਼ਕਿਲ ਹਾਲਾਤਾਂ ਦੇ ਵਿੱਚ ਦੋ ਲੋਕ ਜੋ ਫਸੇ ਹੋਏ ਸੀ ਅਨਮ ਸਿਨੇਮਾ ਦੇ ਵਿੱਚ, ਉਹਨਾਂ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਸਮਾਜ ਸੇਵੀ ਸੰਸਥਾ ਦੇ ਮੋਹਤਬਰ ਉੱਥੇ ਪਹੁੰਚੇ ਅਤੇ ਇਸੇ ਦੇ ਨਾਲ ਪੁਲਿਸ ਪਾਰਟੀ ਅਤੇ ਫਾਇਰ ਬ੍ਰਿਗੇਡ ਦੀ ਟੀਮ ਵੀ ਪਹੁੰਚੀ, ਪਰ ਫਿਰ ਵੀ ਸਿਨੇਮਾ ਨੂੰ ਨਹੀਂ ਬਚਾਇਆ ਜਾ ਸਕਿਆ। ਤਾਂ ਇਸੇ ਦੇ ਨਾਲ ਅਨਮ ਸਿਨੇਮਾ ਦੇ ਪਿਛਲੇ ਪਾਸੇ ਕਾਫੀ ਜ਼ਿਆਦਾ ਕਬਾੜ ਦਾ ਸਮਾਨ ਵੀ ਸੀ, ਜਿਸ ਤੱਕ ਅੱਗ ਨੂੰ ਪਹੁੰਚਣ ਤੋਂ ਰੋਕਣ ਦੀ ਪੁਰਜ਼ੋਰ ਕੋਸ਼ਿਸ਼ ਵੀ ਕੀਤੀ ਗਈ। ਕੀ ਹਾਲਾਤ ਬਣੇ ਅੰਮ੍ਰਿਤਸਰ ਦੇ ਵਿੱਚ ਜਦੋਂ ਪੁਰਾਣੇ ਸਿਨੇਮਾ ਦੇ ਵਿੱਚ ਲੱਗੀ ਅੱਗ, ਆਓ ਦੇਖਦੇ ਹਾਂ ਅੰਮ੍ਰਿਤਸਰ ਤੋਂ ਜਸਕਰਨ ਸਿੰਘ ਦੀ ਰਿਪੋਰਟ। ਕਿਸ ਤਰ੍ਹਾਂ ਲੱਗੀ, ਕੀ ਪਤਾ ਲੱਗਾ? ਇਹ ਜੀ ਦੁਪਹਿਰੇ ਇਹਦੇ ਇਹਨਾਂ ਨੇ ਠੇਕਾ ਦਿੱਤਾ ਵਾ, ਜਿਹੜਾ ਅੰਦਰ ਤੋੜਨ ਦਾ ਠੇਕਾ ਦਿੱਤਾ ਇਹਨਾਂ ਨੂੰ, ਅਤੇ ਅੰਦਰ ਜਿਹੜਾ ਲੋਹਾ ਲਾਇਆ ਪਿਆ ਸੀ, ਲੱਕੜ ਦਾ ਬੜਾ ਕੰਮ ਸੀ, ਜਿਹੜਾ ਜਿਹੜੀਆਂ ਪੁਰਾਣੀਆਂ ਕੁਰਸੀਆਂ ਸੀ ਉਹਦਾ ਕੰਮ ਗੱਲ ਚੱਲਦਾ ਪਿਆ ਸੀ। ਦੁਪਹਿਰੇ ਰੋਟੀ ਖਾਣ ਗਏ ਅਤੇ ਵੈਲਡਿੰਗ ਦਾ ਕੰਮ ਚੱਲਦਾ ਪਿਆ ਸੀ, ਉਹ ਵੈਲਡਿੰਗ ਕਰਕੇ ਕਿਤੇ ਸ਼ੋਰਟ ਸਰਕਟ ਹੋ ਗਿਆ ਜ਼ਿਆਦਾ, ਵਿਚਾਰੇ ਆਪ ਰੋਟੀ ਖਾਣ ਚਲ ਗਏ, ਪਰਲੇ ਬੰਦੇ ਜਿਹੜੇ ਬੰਦੇ ਕੰਮ ਕਰਦੇ ਪਏ ਸੀ ਉਹਨਾਂ ਨੂੰ ਬੜੀ ਮੁਸ਼ਕਿਲ ਕੱਢਿਆ। ਅਤੇ ਹੁਣ ਤੁਸੀਂ ਵੇਖੋ ਇੰਨੀ ਅੱਗ ਜ਼ਿਆਦਾ ਮੱਚ ਗਈ ਆ ਕਿ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ, ਦੋ ਗੱਡੀਆਂ ਭੇਜੀਆਂ, ਦੋ ਉਹਨਾਂ ਨੂੰ ਹੋਰ ਕਿਹਾ ਵੀ ਭੇਜੋ, ਇੱਦਾਂ ਗੱਡੀ ਅੱਗ ਨਹੀਂ ਬੁਝਣੀ ਕਿਉਂਕਿ ਇਹਦੇ ਮਗਰਲੇ ਬੰਨੇ ਕਬਾੜ ਬਹੁਤ ਜ਼ਿਆਦਾ ਪਿਆ ਵਾ, ਉਹਨੂੰ ਅੱਗ ਲੱਗ ਗਈ ਅਤੇ ਸਾਰੇ ਘਰਾਂ ਨੂੰ ਅੱਗ ਲੱਗ ਜਾਣੀ, ਜਿਹੜੀਆਂ ਅੱਗੇ ਇਹ ਲੈਣ ਦੀ ਲੈਣ ਘਰਾਂ 'ਚ, ਲੋਕ ਵੇਖੋ ਬਾਹਰ ਜਾ ਕੇ ਕਿੰਨੇ ਖਲੋਤੇ ਨੇ। ਜਦੋਂ ਅੱਗ ਲੱਗੀ ਸੀ ਕੋਈ ਬੰਦਾ ਤੇ ਨਹੀਂ ਸੀ ਹੈਗਾ? ਨਹੀਂ, ਬੰਦੇ ਹੈਗੇ ਸੀ ਦੋ, ਉਹਨਾਂ ਨੂੰ ਕੱਢਿਆ ਬੜੀ ਮੁਸ਼ਕਿਲ ਨਾਲ, ਕਿਉਂਕਿ ਮਹੱਲੇ 'ਚੋਂ ਸਾਰਿਆਂ ਨੇ ਫੋਨ ਕੀਤੇ ਅਤੇ ਫਟਾਫਟ ਅਸੀਂ ਆਏ, ਮੋਤਵਾਰ ਹੁੰਦੇ ਨਾ ਤਾਂ ਸਾਨੂੰ ਆਉਣਾ ਪਿਆ ਉੱਥੇ। ਕੋਈ ਜਾਨੀ ਨੁਕਸਾਨ? ਨਹੀਂ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੇ ਥਾਣਾ ਸਿਵਲ ਲਾਈਨ ਦੇ ਏਰੀਏ ਦੇ ਵਿੱਚ ਇੱਥੇ ਜੋ ਪੁਰਾਣਾ ਇੱਕ ਐਨਮ ਨਾਮ ਤੋਂ ਸਿਨੇਮਾ ਵਾ, ਜਿੱਥੇ ਕਾਫੀ ਮਾਤਰਾ ਦੇ ਵਿੱਚ ਅੱਗ ਲੱਗੀ ਹੋਈ ਹੈ, ਇੱਥੇ ਸਾਡੇ ਸਾਹਮਣੇ ਆਇਆ ਕਿ ਇੱਥੇ ਕੁਝ ਵਰਕਰਸ ਇਹਨਾਂ ਦੇ ਕੰਮ ਕਰ ਰਹੇ ਸੀਗੇ, ਅਤੇ ਜਦੋਂ ਕਟਰ ਨਾਲ ਕੰਮ ਕਰਦੇ ਕਰਦੇ ਜੋ ਉਸਦੀ ਚਿੰਗਾਰੀ ਸੀ, ਚਿੰਗਾਰੀ ਕਰਕੇ ਇੱਥੇ ਜੋ ਪੁਰਾਣੀਆਂ ਸੀਟ ਸੀਗੀਆਂ, ਪੁਰਾਣੀ ਫੋਮ ਆ, ਜਾਂ ਇਸ ਤੋਂ ਇਲਾਵਾ ਜੋ ਲੱਕੜ ਦੇ ਦਰਵਾਜ਼ੇ ਵਗੈਰਾ ਵਾ, ਅੱਗ ਉਹਨਾਂ ਨੂੰ ਪਕੜ ਕੇ ਕਾਫੀ ਮਾਤਰਾ ਦੇ ਵਿੱਚ ਅੱਗ ਲੱਗੀ ਹੋਈ ਹੈ। ਹੁਣ ਤੱਕ ਕੀ ਪੋਜੀਸ਼ਨ ਹੈ, ਅੱਗ ਕਿੰਨੀ ਕੁ ਫੈਲੀ ਹੈ, ਕਿੰਨਾ ਕੁ ਨੁਕਸਾਨ ਹੋਇਆ? ਇੱਥੇ ਜੀ ਫਾਇਰ ਬ੍ਰਿਗੇਡ ਡਿਪਾਰਟਮੈਂਟ ਤੋਂ ਦੋ ਫਾਇਰ ਬ੍ਰਿਗੇਡਸ ਵੀ ਪਹੁੰਚ ਚੁੱਕੀਆਂ ਨੇ, ਅੱਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਡੀ ਸਾਹਿਬ ਨਾਲ ਗੱਲ ਕਰਕੇ ਜੋ ਏਅਰਪੋਰਟ ਦੇ ਸਪੈਸ਼ਲ ਇਕਿਊਪਮੈਂਟਸ ਨੇ ਉਹਨਾਂ ਨੂੰ ਵੀ ਮੰਗਾਇਆ ਜਾ ਰਿਹਾ, ਅਗਰ ਜ਼ਰੂਰਤ ਪੈਂਦੀ ਹੈ NDRF ਨੂੰ ਵੀ ਇਨਵੋਲਵ ਕਰਾਂਗੇ। ਸਰ, ਕਦੋਂ ਤੋਂ ਇਹ ਸਿਨੇਮਾ ਬੰਦ ਸੀ? ਇਹ ਕਾਫੀ ਸਾਲਾਂ ਤੋਂ ਸਿਨੇਮਾ ਬੰਦ ਹੈ ਜੀ, ਇੱਥੇ ਕੋਈ ਕਾਫੀ ਸਾਲਾਂ ਦੀ ਤੋਂ ਬੰਦ ਹੈ ਜੀ। ਸਰ, ਅੱਗ ਦੀਆਂ ਲਪਟਾਂ ਜਿਹੜੀਆਂ ਬਹੁਤ ਭਿਆਨਕ ਹੈ, ਲਾਗੇ ਪੈਟਰੋਲ ਪੰਪ ਵੀ ਹੈ ਸਰ, ਇਸੇ ਕਰਕੇ ਇਸਦੇ ਮੱਦੇਨਜ਼ਰ ਹੀ ਅਸੀਂ ਤੁਰੰਤ ਡੀ ਸਾਹਿਬ ਦੀ ਨੌਲੇਜ 'ਚ ਲਿਆ ਕੇ NDRF ਐਂਡ ਅਦਰ ਅਥੋਰਿਟੀਜ਼ ਨੂੰ ਇਨਫੋਰਮ ਕਰ ਰਹੇ ਹਾਂ, ਤਾਂ ਕਿ ਕੋਈ ਹੋਰ ਅੱਗ ਦਾ ਕੋਈ ਜ਼ਿਆਦਾ ਵਿਸਤਾਰ ਨਾ। ਜਿਹੜਾ ਕੰਮ ਚੱਲ ਰਿਹਾ ਸੀ ਉਹ ਕਾਹਦਾ ਚੱਲ ਰਿਹਾ ਸੀ, ਜਿਸਦੇ ਕਾਰਨ ਅੱਗ ਲੱਗੀ? ਇਹ ਕੋਈ ਅੰਦਰ ਆਪਣੇ ਰੈਨੋਵੇਸ਼ਨ ਕਰ ਰਹੇ ਨੇ, ਇਸ ਨੂੰ ਕੋਈ ਆਪਣੇ ਅੰਦਰ ਜਿਸ ਵਿੱਚ ਕੋਈ ਇਹਨਾਂ ਦੇ ਜੋ ਕੰਮ ਕਰਨ ਵਾਲੇ ਸੀਗੇ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਕਟਰ ਦਾ ਇਸਤੇਮਾਲ ਕੀਤਾ ਗਿਆ ਸੀ, ਜਿਸ ਕਰਕੇ ਇਹਦੇ ਵਿੱਚ ਕਟਰ ਦੇ ਚਿੰਗਿਆਰੀ ਕਰਕੇ ਅੱਗ ਲੱਗੀ ਹੈ ਜੀ।